ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵੌਇਸ ਆਫ ਸਿਟੀ 1320 AM ਤੇ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸਰਦਾਰ ਗੁਰੂ ਨਾਮ ਸਿੰਘ ਜੀ ਅਕੀਦਾ, ਉਹਨਾਂ ਦਾ ਸਵਾਗਤ ਕਰਦੇ ਹਾਂ। ਕਿਦਾਂ ਜੀ, ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। जम्मू कश्मीर 13-14 जुलाई नई के करीब निहत्थे जिहड़े आजादी घलाके सी, आपां जिहड़ी वी जंग लड़ाई लड़दे सी आजादी दी, उहनां नूं कीता गया शहीद। ਇਹ ਦਿਨ ਬੜਾ ਉਹਨਾਂ ਵਾਸਤੇ ਇੱਕ ਜਿਹੜਾ ਦੁੱਖ ਦਾ ਦਿਨ ਹੈਗਾ ਤੇ ਦੁੱਖ ਦੀ ਘੜੀ ਇਹ ਵੀ ਆ ਕਿ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਵਾਸਤੇ PDP ਤੇ ਨੈਸ਼ਨਲ ਕਾਨਫਰੰਸ ਹੈਗੀ ਆ, ਪਾਰਟੀ ਸੈਕਟਰੀ ਪਾਰਟੀਆਂ ਉੱਥੇ ਉਹਨਾਂ ਨੇ ਇਜਾਜ਼ਤ ਮੰਗੀ ਸੀ, ਪ੍ਰਸ਼ਾਸਨ ਨੇ ਇਜਾਜ਼ਤ ਦਿੱਤੀ ਨੀ, ਸਗੋਂ ਸੀਲ ਕਰ ਦਿੱਤੇ ਆ, ਉਹ ਜਿਹੜਾ ਕਬਰਸਤਾਨ ਹੈਗਾ, ਦੁੱਖ ਦੀ ਗੱਲ ਹੈਗੀ ਹੈ। ਤੇ ਚੱਲ ਫਿਰ ਅੱਜ ਦਿਨ ਜਿਹੜਾ ਹੈਗਾ ਬੜਾ ਹੋਰ ਵੀ ਅਹਿਮ ਹੈਗਾ। ਅੱਜ ਦਿਨ ਅੰਗਰੇਜ਼ਾਂ ਵੱਲੋਂ ਮਹਾਰਾਣੀ ਜਿੰਦਾਂ ਦੇ 50 ਲੱਖ ਰੁਪਏ ਦੇ ਗਹਿਣੇ ਅਤੇ 2 ਲੱਖ ਰੁਪਏ ਨਗਦ ਜ਼ਬਤ ਕਰ ਲਏ ਸੀ 14 ਜੁਲਾਈ 1848 ਨੂੰ। ਅੱਜ ਦਿਨ ਹੋਰ ਵੀ 2 ਘਟਨਾਵਾਂ ਨੇ ਜਿਹੜੀਆਂ ਕਿ ਆਮ ਤੌਰ ਤੇ ਸਿੱਖਾਂ ਦੇ ਨਾਲ ਗੱਲ ਕਰਦੇ ਹਾਂ ਕਿ ਸਿਪਾਹੀ ਕੁਲਵੰਤ ਸਿੰਘ ਮਾਨਕ ਨੇ ਨਕਲੀ ਮੁਕਾਬਲਿਆਂ ਦੇ ਨਾਮ ਤੇ 15 ਸਿੱਖਾਂ ਨੂੰ ਸ਼ਹੀਦ ਕਰਨ ਦਾ ਫੈਸਲਾ ਕੀਤਾ ਸੀ 14 ਜੁਲਾਈ 2013 ਨੂੰ। जी दोस्तों, तुसी सुनते देखते जा रहे हो चावला न्यूज़ नैटवर्क टोरंटो। तुहाडे 14 है ते साढ़े अज 13 है, ते अज दा हरी सिंह नलवा जिहड़ा है बहुत वड्डा योधा होया है। हरिया रांगले अजे भी कहिंदे ने कि मतलब अपने उत्थे एक दहशत है, क्योंकि जिहड़ा ਇਹ ਨਹੀਂ ਕਿ ਜਿਵੇਂ ਸਾਡੇ 'ਚ ਦਹਿਸ਼ਤ ਹੈ, ਮੈਨੂੰ ਸਾਡੀ ਦਾਤਰੀ ਅਸੀਂ ਮੈਨੂੰ ਦੇ ਸੋਏ ਜਿਉਂ ਜਿਉਂ ਮੈਨੂੰ ਵੱਢਦਾ ਸੀ ਤੂੰ ਸੁਹਾਣੇ ਹੋਇਆ ਸੀ, ਇਸ ਨੂੰ ਇਸ ਤਰ੍ਹਾਂ ਲੈ ਲਿਆ ਜਿਵੇਂ ਉਦੋਂ ਟੁੰਡੀ ਲਾਟ ਵਾਲੀ ਗੱਲ ਲਈ ਸੀ। ਹਾਂਜੀ, ਅਸੀਂ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ, ਉਹ ਕਿੰਨਾ ਸਿਤਮ ਕਰਦੇ ਹੋਣਗੇ, ਸਖਤੇ ਨੂੰ ਸਖਤਾ ਹੀ ਮਾਰ ਸਕਦਾ ਸੀ। ਸੋ ਇਸ ਕਰਕੇ ਉਸ ਵਕਤ ਪਠਾਣਾਂ ਦੇ ਵਿੱਚ, ਮੁਗਲਾਂ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਉਹ ਅਟਕ ਤੱਕ ਪਹੁੰਚਿਆ। ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਦੇ ਵਿੱਚ ਉਹਦਾ, 13 ਜੁਲਾਈ ਨੂੰ ਅਟਕ ਤੋਂ 5 ਮੀਲ ਦੂਰ ਸਿੰਧ ਨਦੀ 'ਤੇ ਹੈਦਰੂਦਸਤਾਨ 'ਤੇ ਘਮਸਾਨ ਦਾ ਯੁੱਧ ਹੋਇਆ ਸੀ। ਅਤੇ ਇੱਕ ਪਾਸੇ ਕਹਿੰਦੇ ਕਿ ਅਲੀ ਅਤੇ ਦੂਜੇ ਪਾਸੇ ਅਕਾਲ ਦੇ ਨਾਅਰੇ ਲੱਗਦੇ ਸੀ। ਸੋ ਅੱਜ 13 ਅਤੇ ਇਹ ਇਤਿਹਾਸ ਦਾ ਪੰਨਾ, ਅਤੇ ਤੁਹਾਡੇ 14 ਚੜ੍ਹਿਆ ਅਤੇ 1984 ਦਰਬਾਰ ਸਾਹਿਬ 'ਤੇ ਇੰਦਰਾ ਗਾਂਧੀ ਦੇ ਇਸ਼ਾਰੇ 'ਤੇ ਕੀਤੇ ਹੋਏ ਜਿਹੜੇ ਭਾਰਤੀ ਫੌਜਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ, ਅਤੇ ਹੋਰ ਜੋ ਉੱਥੇ ਮਸੂਮ ਜਿੰਦਾਂ ਜਿਹੜੀਆਂ ਸਨ ਉਹਨਾਂ ਦਾ ਜਿਸ ਤਰੀਕੇ ਨਾਲ ਘਾਣ ਕੀਤਾ ਗਿਆ, ਉਦੋਂ ਬਾਅਦ ਅੱਜ ਦੇ ਦਿਨ 14 ਤਰੀਕ ਨੂੰ ਜਿਹੜਾ ਸੀਗਾ ਦਰਬਾਰ ਸਾਹਿਬ ਸੰਗਤਾਂ ਵਾਸਤੇ ਪਹਿਲੇ ਦਿਨ ਖੋਲ੍ਹਿਆ ਗਿਆ ਸੀ। ਇਹ ਇਤਿਹਾਸ ਦਾ ਪੰਨਾ ਜੀ। ਸੋ ਅਸੀਂ ਸਿੱਖ ਇਤਿਹਾਸ ਦੇ ਪੰਨੇ ਕਰਦੇ ਰਹੇ, ਇਸ ਕਰਕੇ ਡੇਟਾਂ ਕੱਢ ਕੁੱਢ ਕੇ ਜਿਹੜੀਆਂ ਸਾਡੇ ਕੋਲ ਵੀ ਕੋਈ ਥੋੜ੍ਹਾ ਬਹੁਤਾ ਖਜ਼ਾਨਾ ਇੱਥੇ ਪਿਆ ਉਹ ਰੱਖੀਦਾ। ਸੋ ਅੱਜ ਦਾ ਦਿਨ ਇਹ ਵੀ ਇਤਿਹਾਸ ਦੇ ਪੰਨਿਆਂ ਦੇ, 14 ਜਿਹੜਾ ਜੁਲਾਈ ਹੈ ਜੀ ਜੋ ਤੁਹਾਡੇ ਸੂਰਜ ਉਦੇ ਹੋ ਚੁੱਕਾ, ਉਸ ਦਾ ਇੱਕ ਇਤਿਹਾਸਿਕ ਦਿਨ ਹੈ, ਤਾਂ ਸ਼ਾਇਦ ਸਾਡੇ ਜਥੇ ਜੁਥੇਦਾਰਾਂ ਨੂੰ ਤਾਂ ਭੁੱਲ ਗਿਆ ਹੋਣਾ। ਵੌਇਸ ਆਫ ਸਿਟੀ 1320 ਉਹ ਭੁੱਲ ਗਏ, ਉਹ ਤੇ ਆਪਣਾ 222ਵਾਂ ਜਿਹੜਾ ਖਾਲਸਾ ਰਾਜ ਸਥਾਪਿਤ ਕੀਤਾ ਸੀ ਉਹ ਭੁੱਲ ਗਏ ਸੀ, ਵੀ ਉਦਣ ਦਾ ਵੀ ਇੱਕ ਅੱਜ ਦਾ ਦਿਨ ਹੈਗਾ ਉਹਨਾਂ ਨੂੰ, ਤੇ ਉਹ ਰਾਜਨੀਤੀ ਦਾ ਦਿਨ ਚਾਹੀਦਾ ਉਹਨਾਂ ਨੂੰ ਉੱਥੇ ਕਿ ਮਤਲਬ ਕਿ ਦਿੱਲੀ ਦੇ ਤਖ਼ਤ ਦੇ ਉੱਤੇ ਕਿਵੇਂ ਫਤਿਹ ਕੀਤੇ, ਫਤਿਹ ਦਿਵਸ ਮਨਾਉਣਾ, ਆਹ ਜਿਹੜਾ ਤੁਹਾਡਾ ਆਪਣਾ 50 ਸਾਲ ਰਾਜ ਕੀਤਾ ਉਦੋਂ ਕਿੱਦਣ ਉਹਦੀ ਨੀਂਹ ਪੱਥਰ ਗਿਆ ਉਹ ਵੀ ਯਾਦ ਨਹੀਂ ਇਹਨਾਂ ਨੂੰ, ਪੁੱਛ ਕੇ ਵੇਖਿਓ ਕਿਤੇ। ਉਹ ਛੱਡੋ ਕਾਕਾ ਜੀ, ਕੋਈ ਹੋਰ ਗੱਲ ਕਰੋ। 1000 ਕਰੋੜ ਦੇ ਕਰਜ਼ੇ ਹੇਠ ਦੱਬੇ ਪਾਵਰ ਕੌਮ ਨੂੰ ਹੁਣ 2000 ਕਰੋੜ ਦਾ ਕਰਜ਼ਾ ਹੋਰ ਲੈਣਾ ਪੈ ਰਿਹਾ, ਕੀ ਕਹਿਣਾ ਚਾਹੋ? 15,520 ਕਰੋੜ ਰੁਪਈਏ ਦੇ ਕਰਜ਼ੇ 'ਚ ਦੱਬਿਆ ਹੋਇਆ ਪਹਿਲਾਂ ਹੀ ਪਾਵਰ ਕੌਮ, ਤੇ ਹਾਲਾਤ ਬੜੇ ਮਾੜੇ ਆ। ਪਾਵਰ ਕੌਮ 33,000 ਕਰੋੜ ਦਾ ਵਰਚਸਵ ਰੱਖਦਾ, 44,000 ਕਰੋੜ ਰੁਪਏ ਤੱਕ ਕਰਜ਼ਾ ਲੈ ਸਕਦਾ, ਤੇ ਹੁਣ 2000 ਕਰੋੜ ਰੁਪਏ ਦਾ ਕਰਜ਼ਾ ਲੈਣ ਜਾ ਰਿਹਾ, ਕਿਉਂਕਿ ਪਾਵਰ ਕੌਮ ਕੋਲੇ ਪੈਸੇ ਨੀ ਹੈਗੇ ਬਿਜਲੀ ਖਰੀਦਣ ਵਾਸਤੇ। ਬਿਜਲੀ ਦੇਣੀ ਆ ਅਸੀਂ ਕਿਸਾਨਾਂ ਨੂੰ ਜਾਂ ਦਲਿਤਾਂ ਨੂੰ ਫ੍ਰੀ,
ਤੇ ਉਹ ਫ੍ਰੀ ਦੇਣੀ ਹੈ ਬਿਜਲੀ ਤੇ, ਪਰ ਅਸੀਂ ਪੰਜਾਬ ਸਰਕਾਰ ਨੇ ਜੋ ਪੈਸੇ ਜਮ੍ਹਾਂ ਕਰਾਉਣੇ ਆ ਪਾਵਰ ਕੌਮ ਨੂੰ ਜਮ੍ਹਾਂ ਨਹੀਂ ਕਰਾ ਰਹੇ। ਪਿੱਛੇ ਜੇ 500 ਕਰੋੜ ਜਮ੍ਹਾਂ ਕਰਾਇਆ ਸੀਗਾ ਇਹਨੇ ਪੰਜਾਬ ਸਰਕਾਰ ਨੇ, ਜਿਹਦੇ ਵਿੱਚ ਸਾਰੇ ਜਮ੍ਹਾਂ ਨਹੀਂ ਹੋਏ, ਕੁਝ ਜਮ੍ਹਾਂ ਹੋਏ ਨੇ, ਤੇ ਪਾਵਰ ਕੌਮ ਡੁੱਬਦਾ ਜਾ ਰਿਹਾ। ਜਿਹੜੀਆਂ ਲੋਕ ਹਿੱਤ ਵਿੱਚ ਲੋਕਾਂ ਦੇ ਭਲੇ ਵਿੱਚ ਲੋਕਾਂ ਨੂੰ ਸਹੂਲਤਾਂ ਦੇਣ ਵਾਲੀਆਂ ਸੰਸਥਾਵਾਂ ਨੇ ਚਾਵਲਾ ਸਾਹਿਬ, ਉਹਨਾਂ ਸੰਸਥਾਵਾਂ ਦਾ ਘਾਣ ਕਰ ਰਹੇ ਨੇ ਜਿਹੜੇ ਸਿਆਸੀ ਲੋਕ ਹੈਗੇ ਆ। ਪਾਵਰ ਕੌਮ ਨੂੰ ਅਸੀਂ ਬਿਜਲੀ ਫ੍ਰੀ ਦੇ ਦੇ ਕੇ, ਮੈਂ ਕੱਲ ਵੀ ਅਕਲਾ ਕੱਢ ਰਿਹਾ ਸੀਗਾ ਹਰਿਆਣੇ ਵਿੱਚ ਬਿਜਲੀ 3 ਰੁਪਏ ਦੇ ਪ੍ਰਤੀ ਯੂਨਿਟ ਹੈਗੀ ਹੈ, 3 ਤੋਂ 4 ਰੁਪਏ ਦੇ ਪ੍ਰਤੀ ਯੂਨਿਟ, ਤੇ ਪੰਜਾਬ ਦੇ ਵਿੱਚ ਹੈਗੀ ਹੈ 9-10 ਰੁਪਏ ਯੂਨਿਟ। ਉਹੀ ਬਿਜਲੀ ਹੈ ਤੇ 9-10 ਰੁਪਏ ਕਿੰਨੀ ਜ਼ਿਆਦਾ ਮਹਿੰਗੀ ਬਿਜਲੀ ਮਿਲ ਰਹੀ ਹੈ ਆਮ ਲੋਕਾਂ ਨੂੰ, ਫਿਰ ਵੀ ਪਾਵਰ ਕੌਮ ਘਾਟੇ ਵਿੱਚ ਹੈ ਤੇ ਆਮ ਲੋਕਾਂ ਨੂੰ, ਖੈਰ ਸਾਰੇ ਲੋਕਾਂ ਨੂੰ ਬਿਜਲੀ ਮਹਿੰਗੀ ਮਿਲ ਰਹੀ ਹੈ, ਪਰ ਇਸ ਤਰੀਕੇ ਨਾਲ ਪਾਵਰ ਕੌਮ ਦਾ ਪੱਠਾ ਬਿਠਾਉਣਾ, ਹੁਣ ਪੱਠਾ ਬਿਠਾਉਣ ਦਾ ਕੰਮ ਸ਼ੁਰੂ ਕੀਤਾ ਉਹਨੇ ਟਰਾਂਸਪੋਰਟ ਡਿਪਾਰਟਮੈਂਟ ਦਾ। ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਨੇ ਉਹ ਤਾਂ ਬੱਲੇ ਬੱਲੇ ਆ, 100 ਬੱਸ ਤੋਂ ਜਿਹੜੀ ਹੈਗੀ ਆ 2400 ਬੱਸ ਹੋਣ ਜਾ ਰਹੀ ਹੈ ਇੱਕ ਵੱਡੇ ਸ਼ਹਿਰਸਥਾਨ ਦੇ ਪੰਜਾਬ ਦੇ ਵਿੱਚ ਤੇ, ਪਰ ਪੰਜਾਬ ਜਿਹੜੀ ਰੋਡਵੇਜ ਹੈਗੀ ਆ, PRTC ਹੈਗੀ ਆ, ਫਨ ਬੱਸ ਹੈਗੀ ਆ, ਇਹਨਾਂ ਦਾ ਹਾਲਾਤ ਬਹੁਤ ਮਾੜੇ ਆ, ਬੱਸਾਂ ਖੜਕਦੀਆਂ ਜੋ ਤੁਸੀਂ ਬਹਿੰਦੇ ਆਪਾਂ, ਤੇ ਦੂਜਾ ਬੀਬੀਆਂ ਨੂੰ ਵੀ ਉਹਨਾਂ ਨੇ ਹੁਣ ਫ੍ਰੀ ਬੱਸ ਸੇਵਾ ਕਰਨ ਦਾ ਮੌਕਾ ਦੇ ਦਿੱਤਾ। ਜੇ ਪੰਜਾਬ ਸਰਕਾਰ ਜਿਹੜੇ ਪਬਲਿਕ ਦੇ ਫਾਇਦੇ ਵਾਸਤੇ ਅਦਾਰੇ ਚੱਲਦੇ ਆ ਉਹਨਾਂ ਨੂੰ ਖਤਮ ਕਰ ਰਹੀ ਹੈ ਨਿੱਕੇ ਨਿੱਕੇ ਫੈਸਲੇ ਕਰਕੇ, ਹੁਣ 2000 ਕਰੋੜ ਰੁਪਏ ਦਾ ਕਰਜ਼ਾ ਹੋਰ ਲੈਣ ਜਾ ਰਿਹਾ ਪਾਵਰ ਕੌਮ। ਚੱਲੋ ਦੋਸਤੋ, ਕਿਚਨ ਵਿੱਚ ਕੰਮ ਕਰਨ ਵਾਸਤੇ ਹੈਲਪਰਸ ਦੀ ਜ਼ਰੂਰਤ ਹੈ, ਜੇਕਰ ਭੈਣਾਂ ਕੰਮ ਕਰਨੀਆਂ ਚਾਹੁੰਦੀਆਂ ਨੇ ਤਾਂ ਨੋਟ ਕਰੋ ਨੰਬਰ 6477039116। ਮੈਨੀ ਲੋਕੇਸ਼ਨ ਦੇ ਇਹਨਾਂ ਦੇ ਰੈਸਟੋਰੈਂਟ ਦੀਆਂ, ਕਿਚਨ ਵਿੱਚ ਹੈਲਪ ਕਰਨ ਵਾਸਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ 6477039116 'ਤੇ ਕਾਲ ਕੀਤਾ ਜਾ ਸਕਦਾ ਹੈ। ਕਾਂਗਰਸੀ ਕਹਿੰਦੇ ਨੇ ਕਿ ਸਾਡੀ ਚੱਲਦੀ ਨਹੀਂ, ਜੱਗ ਜਾ ਰਿਹਾ, ਦੁਨੀਆ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਰਲ ਕੇ ਸਰਕਾਰ ਚਲਾ ਲਏ, ਬਲਕਿ ਕਈ ਤਾਂ ਇਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ। ਪਰ ਆਹ ਤੀਰ ਹੋਰ ਹੀ ਕੱਢ ਮਾਰਿਆ ਸਰਦਾਰ ਸੁਖਬੀਰ ਸਿੰਘ ਬਾਦਲ, ਕਹਿੰਦੇ ਨੇ ਕਿ ਅਮਰਿੰਦਰ ਨਾਲ ਭਾਜਪਾ ਦੀ ਜੋੜੀ ਜੱਗ ਜਾ ਰਿਹਾ ਹੈ। ਉਹ ਜਿਹੜਾ ਮੰਗ ਪੱਤਰ ਲਿਆ ਹੈ, ਜਿਹੜੇ ਬਾਕੀ ਦੇ ਮੰਗ ਪੱਤਰ ਲੈਣ ਜਾਂਦੇ ਨੇ ਉਹਨਾਂ ਨੂੰ ਡਾਂਗਾਂ ਵਾਰਦੀਆਂ ਨੇ, ਪਾਣੀ ਦੀਆਂ ਵਿਛਾੜਾਂ ਹੁੰਦੀਆਂ, ਚਾਹੇ ਧੀਆਂ ਹੋਣ ਚਾਹੇ ਬੱਚੇ ਹੋਣ, ਅਤੇ ਭਾਜਪਾਈਆਂ ਨੂੰ ਭੱਜ ਭੱਜ ਕੇ ਮਿਲੇ ਨੇ, ਸਮਾਂ ਕੱਢਿਆ ਉਹਨਾਂ ਵਾਸਤੇ। ਕੀ ਕਹਿਣਾ ਚਾਹੋਗੇ? ਮੇਰੇ ਖਿਆਲ ਚ ਆਪਣਾ ਪ੍ਰੋਗਰਾਮ ਸੁਣਦੇ ਆ ਸੁਖਵੀਰ ਜੀ, ਕੱਲ ਗੱਲਬਾਤ ਕੀਤੀ ਸੀ ਨਾ ਇਹ ਵੀ ਭਾਜਪਾਈਆਂ ਨੂੰ ਕਿਵੇਂ ਭੱਜ ਕੇ ਮਿਲੇ ਆ, ਉਹ ਨੀ ਸੁਣਦੇ ਤੇ ਉਹਨਾਂ ਦੇ ਬੜੇ ਸੁਣਦੇ ਨੇ ਇੱਥੇ, ਮੈਂ ਤੁਹਾਨੂੰ ਸਵੇਰੇ ਨੀ ਸੀ ਕਿਹਾ? ਕਾਂਗਰਸੀ ਤੇ ਆ ਜਾਂਦੇ ਵਿਚਾਰੇ, ਕਾਂਗਰਸੀ ਤੇ ਫਿਰ ਵੀ ਸਾਡੇ ਨਾਲ ਅੱਡਾ ਲਾ ਲੈਂਦੇ, ਤੇ ਇੱਥੋਂ ਵਾਲੇ ਜਿਹੜੇ ਸੋ ਕਾਲਡ ਅਕਾਲੀ ਨੇ ਉਹ ਅਖਬਾਰਾਂ ਚ ਛੁਪਾ ਕੇ ਮੁੜ ਕੇ ਛੂ ਜਾਂਦੇ ਨੇ, ਜੇ ਫੋਨ ਕਰੋ ਤਾਂ ਉਹਨਾਂ ਹੀ ਨਹੀਂ ਅਸੀਂ ਨੀ ਰੇਡੀਓ ਤੇ ਆਉਣਾ, ਪਤਾ ਨਾ ਵੀ ਸਿੱਧੇ ਸਵਾਲ ਆਉਣੇ ਆ 2-4 ਵਾਲੇ, ਚਲੋ ਪਰ ਫਿਰ ਵੀ ਇਹ ਆ ਜਾਂਦੇ ਨੇ ਕਮਲ ਹੋਣੀ, ਫਿਰ ਵੀ ਅੱਡਾ ਉੱਡਾ ਸਾਡੇ ਨਾਲ ਲਾ ਲੈਂਦੇ ਨੇ। ਹਾਂਜੀ ਕਮਲ ਠੀਕ ਨੇ, ਚਲੋ ਗੱਲ ਤਾਂ ਆਪਣੀ ਕਰਦੇ ਨੇ ਸੁਣਦੇ ਨੇ ਚਲੋ। ਅੱਛਾ ਇਹਨਾਂ ਦਾ ਜਿਹੜਾ ਕਿ ਕਿਹਾ ਵੀ ਜਿਹੜਾ ਭਾਜਪਾ ਦੇ ਨਾਲ ਕੱਲ ਯਕਦਮ ਹੀ ਮਿਲੇ ਆ ਅਮਰਿੰਦਰ ਸਿੰਘ, ਤੇ ਇਹਦਾ ਸਪਸ਼ਟ ਹੋ ਗਿਆ ਕਿ ਭਾਜਪਾ ਵਾਲੇ ਤੇ ਅਮਰਿੰਦਰ ਨੇ ਇਕੱਠੇ ਹੈਗੇ ਆ। ਸੁਖਬੀਰ ਬਾਦਲ ਦੋ ਚਲਾ ਰਹੇ ਨੇ ਤੇ ਕੁਝ ਇਹਨਾਂ ਨੇ ਅਕਾਲੀਆਂ ਨੇ ਕੁਝ ਟਵੀਟ ਵੀ ਕੀਤੇ ਆ, ਅਮਰਿੰਦਰ ਤੇ ਮੋਦੀ ਦੀਆਂ ਤਸਵੀਰਾਂ ਦੇ ਹੱਥ ਮਿਲਾਉਂਦੇ ਆ, ਕਈ ਤਸਵੀਰਾਂ ਟਵੀਟ ਕੀਤੀਆਂ ਨੇ। ਆਹ ਦੇਖੋ ਕਹਿੰਦੇ ਜੀ, ਇੱਕ ਪਾਸੇ ਦਾ ਕਹਿੰਦੇ ਭਾਜਪਾ ਨਾਲ ਸਾਡੀ ਦੋਸਤੀ ਨੀ ਹੈਗੀ, ਕਿਸਾਨਾਂ ਨੂੰ ਬੁੱਧੂ ਬਣਾ ਰਹੇ, ਆਹ ਦੇਖੋ ਮੋਦੀ ਜੀ ਨਾਲ ਕਿੱਦਾਂ ਹੱਥ ਮਿਲਾਈ ਜਾਂਦੇ ਆ, ਕਈ ਫੋਟੋਆਂ ਦੇ ਇੱਕ ਲੀਡਰ ਹੈ, ਦੂਜੇ ਲੀਡਰ ਨੂੰ ਮਿਲੇਗਾ ਤੁਸੀਂ, ਚਲੋ ਉਹ ਤਾਂ ਠੀਕ ਹੈ। ਤੁਸੀਂ ਦੱਸੋ ਵੀ ਤੁਸੀਂ ਇੱਕ ਦੂਜੇ ਦੀਆਂ ਵਿਆਹਾਂ ਸ਼ਾਦੀਆਂ ਨੂੰ ਸ਼ਾਮਿਲ ਹੁੰਦੇ ਹੋ ਕਿ ਨਹੀਂ ਹੁੰਦੇ? ਵਿਆਹਾਂ ਸ਼ਾਦੀਆਂ ਨੂੰ ਸ਼ਾਮਿਲ ਹੁੰਦੇ ਆ, ਇਕੱਠੇ ਹੁੰਦੇ ਆ, ਹੱਥ ਮਿਲਾਉਂਦੇ ਆ, ਇੰਨੀਆਂ ਤਸਵੀਰਾਂ ਇਕੱਠੀਆਂ ਨੇ, ਭੱਠਲ ਦੇ ਚਰਨੀ ਪੈ ਰਹੇ ਨੇ ਸੁਖਬੀਰ ਬਾਦਲ ਜੀ, ਤੇ ਪ੍ਰਕਾਸ਼ ਅਮਰਿੰਦਰ ਦੇ ਜੱਫੀ ਚ ਬੈਠੇ ਨੇ ਸੁਖਬੀਰ ਬਾਦਲ ਦੇ, ਹੱਥ ਫੜਾਈ ਬੈਠੇ ਨੇ ਸੁਖਬੀਰ ਬਾਦਲ, ਹੱਥ ਫੜੇ ਦੋਨਾਂ ਦੇ। ਅੱਛਾ ਗੱਲ ਇਹ ਆ ਕਿ ਜਿਹੜੇ ਚੰਗੇ ਇੱਥੇ ਵੀ ਨੇਤਾ ਨੇ ਨਾ, ਚਾਹੇ ਉਹ ਕਿਸੇ ਵੀ ਪਾਰਟੀ ਦਾ ਰਿਲੇਟਡ, ਚਲੋ ਨਾ ਲਵਾਂ ਚਾਹੇ ਨਾ ਲਵਾਂ, ਮੈਂ ਤਾਂ ਅੱਖੀਂ ਵੇਖਿਆ ਸੀ ਇਹਨਾਂ ਨੂੰ, ਚੰਗੇ ਵੇਲਿਆਂ ਦੀ ਗੱਲ ਆ, 15-20 ਵਰਿਆਂ ਦੀ ਗੱਲ ਆ, ਸਾਲ ਪਹਿਲਾਂ ਮੈਨੂੰ ਕੁਝ ਕਹਿਣਾ, ਉੱਧਰ ਕੁਝ ਕਹਿਣਾ, ਤੇ ਜਾ ਕੇ ਇੱਕੋ ਟੇਬਲ ਤੇ ਦਾਰੂ ਸਿੱਕਾ ਛੱਕਦੇ, ਮੈਂ ਹੱਥੀ ਵੇਖ ਲਿਆ, ਮੈਂ ਕਿਹਾ ਤੁਹਾਡਾ ਭਲੇ, ਤੁਸੀਂ ਤਾਂ ਇੱਥੇ ਸਾਂਝਾ ਹੀ ਬਣਾ ਕੇ ਬੈਠੇ, ਉੱਧਰ ਸਾਨੂੰ ਤਾਂ ਫੂਕਾਂ ਚ ਕਹੀ ਜਾਂਦੇ ਨੇ, ਉਹ ਨਹੀਂ 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 ਵੈਸੇ ਮਿਲਣ ਆਏ ਸੀਗੇ।
ਚੱਲਦਾ ਪਿਆ ਸੀ ਸਾਰਾ ਕੰਮ, ਅਕਾਲੀ ਵੀ ਬੈਠੇ, ਕਾਂਗਰਸੀ ਵੀ ਬੈਠੇ, ਹਾਂਜੀ। ਸੋ ਬਈਏ ਇਹਨਾਂ ਤੋਂ ਥੋੜ੍ਹਾ ਸਾਵਧਾਨ ਰਿਹਾ ਕਰੋ, ਰਾਜਨੀਤਿਕ ਲੋਕ ਨੇ, ਐਵੇਂ ਨਾ ਬੇਸਮੈਂਟਾਂ ਦੇ ਵਿੱਚ ਆਪਣੀ ਜਿਹੜੀ ਮਹਿਫਲ ਲਾ ਕੇ ਬੈਠੇ ਹੁੰਦੇ ਉੱਥੇ ਸਿੰਘ ਫਸਾ ਕੇ ਬਹਿ ਜਾਇਆ ਕਰੋ, ਹਾਂਜੀ। ਉੱਥੇ ਤੁਸੀਂ ਜਿਹੜਾ ਹੋਸਟ ਹੈ ਉਹਦੀ ਦੱਖਣਾ ਪੱਟ ਦਿੰਦੇ ਖਾਣੇ ਦੀ, ਉੱਥੇ ਕਈ ਉੱਥੇ ਹੀ ਬਹਿਸ ਬਸਈਆ ਕਰਨਾ ਸ਼ੁਰੂ ਹੋ ਜਾਣਾ, ਅਕਾਲੀ ਚੰਗੇ, ਕਾਂਗਰਸੀ ਚੰਗੇ, ਅਰੇ ਆਮ ਆਦਮੀ ਪਾਰਟੀ ਤੂੰ ਕੌਣ, ਉੱਥੇ ਹੀ ਗਰਮ ਹੋ ਗਏ ਇੱਕ ਦੂਜੇ ਨਾਲ ਚਿਹਰੇ ਲਾਲ ਕਰਕੇ ਅਤੇ ਉਹ ਖਾਣੇ ਦਾ ਮਜ਼ਾ ਮਾਰ ਕੇ ਬਹਿ ਜਾਂਦੇ। ਪਰ ਇਹਨਾਂ ਤੋਂ ਸਿੱਖਿਆ ਲਓ, ਇਹ ਸਾਰੇ ਅੰਦਰੋਂ ਇੱਕ ਹੀ ਨੇ, ਹਮਾਮ ਸਭ ਨੰਗੇ ਨੇ, ਹਾਂਜੀ। ਬੀਬੀ ਜਗੀਰ ਕੌਰ ਦਾ ਮੈਨੂੰ ਲੱਗਦਾ ਕਿ ਕਿਤਾਬਾਂ ਦੇ ਨਾਲ ਨਾ ਕਾਫੀ ਗੂੜਾ ਰਿਸ਼ਤਾ ਹੈ, ਕਿਤਾਬਾਂ ਰਾਸ ਨਹੀਂ ਆ ਰਹੀਆਂ। ਜਦੋਂ ਪਹਿਲੀ ਵਾਰੀ ਬਣੇ ਸੀ ਉਦੋਂ ਸਿੱਖ ਇਤਿਹਾਸ ਦੀ ਕਿਤਾਬ ਆਈ ਸੀ, ਉਹ ਹਿੰਦੀ ਵਿੱਚ ਛਪੀ ਸੀ ਅਤੇ ਬੀਬੀ ਜੀ ਜਵਾਬ ਦਿੰਦੇ ਦਿੰਦੇ ਥੱਕ ਗਏ। ਉਹਦੇ ਵਿੱਚ ਬਹੁਤ ਵੱਡੀਆਂ ਗਲਤੀਆਂ ਸਨ, ਬਹੁਤ ਵੱਡਾ ਕੁਝ ਉਹਦੇ 'ਚ ਗਲਤ। ਸਿੱਖ ਇਤਿਹਾਸ ਨੂੰ ਇਸ ਤਰੀਕੇ ਦੇ ਨਾਲ ਜਲੀਲ ਕੀਤਾ ਗਿਆ ਸੀ ਕਿ ਕਿਤਾਬ ਵਾਪਸ ਲੈਣੀ ਪਈ ਸੀ, ਸ਼ਾਇਦ ਤੁਹਾਨੂੰ ਯਾਦ ਹੋਊਗਾ ਜੀ। ਅਤੇ ਬੀਬੀ ਜੀ ਨੂੰ ਉਦੋਂ ਇੰਟਰਵਿਊ ਕੀਤਾ ਸੀਗਾ ਅਤੇ ਫੋਨ ਚੱਕ ਲਿਆ ਸੀ ਬੀਬੀ ਜੀ ਨੂੰ, ਕਹਿੰਦੇ ਵੀ ਕਿਤਾਬਾਂ ਵਾਪਸ ਮੰਗਾ ਲਈਆਂ ਜੀ। ਬੜਾ ਸੋਹਣਾ ਇੰਟਰਵਿਊ, 'ਚ ਮੈਂ ਸਾਰੀਆਂ ਮੰਗਾ ਲਈਆਂ, ਗਿਣ ਕੇ ਸਾਰੀਆਂ ਵਾਪਸ ਮੰਗਾ ਲਈਆਂ, ਅਗਲੇ ਨੂੰ ਤਾਂ ਇੱਕੋ ਹੀ ਚਾਹੀਦੀ ਹੈ, ਬਸ ਉਹਨਾਂ ਦੀ ਲਾਇਬ੍ਰੇਰੀ 'ਚ ਇੱਕੋ ਹੀ ਚਾਹੀਦੀ ਆ। ਜਦੋਂ ਕਿਸੇ ਨੇ ਤੁਹਾਡੀ ਹੀ ਅਕਾਲ ਤਖਤ ਦੀ, ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਹੋਈ ਅਤੇ ਮੋਹਰ ਲੱਗੀ ਵੀ ਆ ਆ ਆ ਆ, ਅਤੇ ਅਸੀਂ ਕਹਿੰਦੇ ਇਹ 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 ਨਹੀਂ ਹੈ, ਖੈਰ ਨਹੀਂ ਵੀ ਇਹੀ ਵਿਰੋਧ ਪਾ ਸਕੇ ਜਾ ਕੇ ਜਵਾਬ ਦਿੰਦੇ ਥੱਕ ਜਾਣਾ। ਜਿਵੇਂ ਹੁਣ ਰਮਾਇਣ ਵਾਲਾ ਮਾਮਲਾ ਆ ਗਿਆ, ਇੱਕ ਬੰਦੇ ਨੇ ਰਮਾਇਣ ਲਿਖਤੀ ਪਰ ਦੋਹਰਾ ਫੇਰ ਪੂਰਾ ਨਹੀਂ ਲਿਖਿਆ, ਦੋਹਰਾ ਲਿਖ ਦਿਉ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦਾ ਕਿ ਲਿਖੀ ਹੈ ਜਾਂ ਨਹੀਂ ਲਿਖੀ, ਆਪਾਂ ਗੱਲ ਕੀਤੀ ਕਰ। ਹੁਣ ਮਹਾਨ ਕੋਸ਼ ਹੈ ਜਿਹਦਾ ਇੱਕ ਬਹੁਤ ਵੱਡਾ, ਜੇ ਮੈਂ ਹੁਣ ਚੱਲਾਂ ਤਾਂ ਤੁਹਾਡੇ ਪਟਿਆਲੇ ਵਾਲਿਆਂ ਦੀ ਬਹੁਤ ਵੱਡੀ ਦੇਣ ਉਹਦੇ ਵਿੱਚ, ਹਾਂਜੀ, ਮਹਾਨ ਕੋਸ਼ ਦੇ ਵਿੱਚ। ਅਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਮਹਾਨ ਕੋਸ਼ ਵਿੱਚ ਬਹੁਤ ਜ਼ਿਆਦੀਆਂ ਗਲਤੀਆਂ ਨੇ, ਬਹੁਤ। ਇਹ ਜਿੱਦਣ ਛਪਦਾ ਪਿਆ ਸੀ ਉਦਣ ਹੀ ਦਾਸ ਨੂੰ ਯਾਦ ਹੈ ਕਿ ਮੈਂ ਉਦਣ ਵੀ ਕਿਹਾ ਸੀ ਕਿ ਮੇਰੇ ਕੋਲ ਵੀ ਪਿਆ ਮਹਾਨ ਕੋਸ਼ ਰੱਖਿਆ, ਇਹਦੇ ਵਿੱਚ ਹੁਣ ਜਾਣ ਬੁੱਝ ਕੇ ਗਲਤੀਆਂ ਹੋਣੀਆਂ ਨੇ ਅਤੇ ਬਾਜ਼ ਅੱਖ ਰੱਖਿਓ। ਚਲੋ ਵੀ ਜਾਗਦੀ ਜ਼ਮੀਰ ਵਾਲੇ ਬੰਦੇ ਹਨ, ਕਿਸੇ ਨੇ ਫੜ ਲਈਆਂ ਨੇ ਗਲਤੀਆਂ, ਦੁਬਾਰਾ ਛਾਪਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨਾਲ ਰਾਬਤਾ ਕਾਇਮ ਕਰੇ ਪੰਜਾਬੀ ਯੂਨੀਵਰਸਿਟੀ। ਹੁਣ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਿਹੜੇ ਕਿਹੜੇ ਮੋਹਰੇ ਫਿੱਟ ਕੀਤੇ ਨੇ, ਕਿੰਨਾ ਨੇ ਛਾਪੀ ਹੈ, ਕਿਉਂ ਗਲਤੀਆਂ ਹੋਈਆਂ ਨੇ, ਕਿਉਂ ਨਹੀਂ ਉਹਦੀ ਪਰੂਫ ਰੀਡਿੰਗ ਹੋਈ, ਕਿਉਂ ਨਹੀਂ ਉਹਦੀ ਚੰਗੀ ਤਰ੍ਹਾਂ ਖੋਜ ਪੜਤਾਲ ਕੀਤੀ ਗਈ, ਇਹ ਇੱਕ ਅਲੱਗ ਵਿਸ਼ਾ। ਕੀ ਕਹਿਣਾ ਚਾਹੋਗੇ? ਪੰਜਾਬੀ ਯੂਨੀਵਰਸਿਟੀ ਨੂੰ ਗ੍ਰਾਂਟ ਮਿਲੀ ਸੀਗੀ, ਉਹਨੇ ਮਹਾਨ ਕੋਸ਼ ਛਾਪਣਾ ਸੀਗਾ ਤਿੰਨੇ ਭਾਸ਼ਾਵਾਂ ਵਿੱਚ, ਇੱਕ ਹਿੰਦੀ, ਪੰਜਾਬੀ ਤੇ ਅੰਗਰੇਜ਼ੀ, ਤਿੰਨ ਭਾਸ਼ਾ ਵਿੱਚ, ਚਾਰ ਦੋ ਅੰਗਰੇਜ਼ੀ ਅਤੇ ਪੰਜਾਬੀ ਦੀ ਜਿਹੜੀ ਛਪੇ ਹੋਏ, ਚਾਰ ਚਾਰ ਵਾਲਿਓ ਨੇ ਇੱਕ ਇੱਕ ਦੇ ਆ, ਵੱਡੇ ਵੱਡੇ ਵਾਲਿਓ ਨੇ ਇੱਕ ਇੱਕ ਦੇ ਆ, ਤੇ ਕਿਉਂਕਿ ਥੋੜੀ ਅੱਖਰ ਵੱਡੇ ਕਰ ਦਿੱਤੇ ਆ। ਵੈਸੇ ਤਾਂ ਭਾਸ਼ਾ ਭਾਗ ਵੱਲੋਂ ਛਾਪਿਆ ਜਿਹੜਾ ਕਿ ਹੈਗਾ ਮਾਨ ਕੋਸ਼, ਉਹ ਇੱਕੋ ਹੀ ਆ ਬੜਾ ਵੱਡਾ ਹੈਗਾ, ਤੇ ਉਹਦੇ ਅੱਖਰ ਛੋਟੇ ਆ, ਤੇ ਪੰਜਾਬੀ ਯੂਨੀਵਰਸਿਟੀ ਨੂੰ ਅੱਖਰ ਵਾਲੇ ਵੱਡੇ ਕਰਤੇ। ਅੰਗਰੇਜ਼ੀ ਵਾਲਾ ਤੇ ਪੰਜਾਬੀ ਵਾਲਾ ਮੇਰੇ ਕੋਲ ਪਏ ਨੇ, ਹਿੰਦੀ ਵਾਲਾ ਨਹੀਂ ਪ੍ਰਾਪਤ ਕਰ ਸਕਿਆ ਮੈਂ, ਕਿਉਂਕਿ ਹਿੰਦੀ ਵਾਲਾ ਜਦੋਂ ਆਇਆ ਬਾਹਰ ਤਾਂ ਪਾਬੰਦੀ ਲੱਗ ਚੁੱਕੀ ਸੀ ਮਾਨਜੀ ਹਾਈ ਕੋਰਟ ਵੱਲੋਂ। ਤੇ ਇੱਕ ਪੰਜਾਬੀ ਯੂਨੀਵਰਸਿਟੀ ਦਾ ਇੱਕ ਬਹੁਤ ਵੱਡਾ ਪਰਿਵਾਰ ਹੈਗਾ, ਲੇਖਕ ਪਰਿਵਾਰ ਹੈਗਾ, ਉਹਨਾਂ ਨੂੰ ਪਤਾ ਕਿ ਸਨਮਾਨ ਕਿਵੇਂ ਲੈਣੇ ਆ, ਮਾਣ ਕਿਵੇਂ ਲੈਣੇ ਆ, ਆਪਣੀ ਕਿਤਾਬ ਆਪਣੇ ਨਾਵਲ ਨੂੰ ਬੇਠੱਬੀਆਂ ਮਾਰੀਆਂ ਹੋਈਆਂ ਗੱਲਾਂ ਦੇ ਨਾਵਲ ਨੂੰ ਕਿੱਦਾਂ ਬੜਾ ਵੱਡਾ ਸਨਮਾਨ ਦਵਾਉਣਾ ਉਹ ਜਾਣਦੇ ਆ। ਕਮੇਟੀਆਂ ਚ ਵੀ ਨੇ, ਜਿਸ ਕਮੇਟੀ ਚ ਹੁੰਦੇ ਆ ਉਸ ਕਮੇਟੀ ਵਿੱਚ ਧਰਮ ਪਤੇ ਨੂੰ ਨਾਮ ਮਿਲ ਜਾਂਦਾ, ਤੇ ਨਾਮ ਮੈਂ ਨਹੀਂ ਲੈ ਰਿਹਾ, ਨਾਮ ਸਮਝਣਗੇ ਪੰਜਾਬੀ ਲੋਕ। ਤੇ ਉਹ ਉਸ ਵੀਰ ਦੀ ਪਤਨੀ ਸੀ ਜਿਹਨੂੰ ਨਾਮ ਮਿਲਿਆ, ਉਸਦੀ ਪਤਨੀ ਇਸ ਪ੍ਰੋਜੈਕਟ ਦੀ ਇੰਚਾਰਜ ਸੀ, ਤੇ ਉਹ ਇਹ ਜਿਹੜਾ ਪ੍ਰੋਜੈਕਟ ਬਣਿਆ। ਉਹ ਪੰਜਾਬੀ ਦੀ ਬੜੀ ਵੱਡੀ ਵਿਦਵਾਨ ਹੈਗੀ ਆ, ਆਪਣੇ ਆਪ ਨੂੰ ਕਹਾਉਂਦੀ ਆ, ਸ਼ੋਅ ਕਾਲ ਬੰਦੇ ਨੇ ਵੈਸੇ ਪੰਜਾਬੀ ਯੂਨੀਵਰਸਿਟੀ ਦਾ ਪੱਠਾ ਬੈਠਾ ਵਿਦਵਾਨਾਂ ਦਾ, ਇੰਨਾ ਜ਼ਿਆਦਾ ਬੁਰਾ ਹਾਲ ਆ ਕਿ ਮੈਂ ਤਕਰੀਬਨ 97 ਤੋਂ ਪੰਜਾਬੀ ਯੂਨੀਵਰਸਿਟੀ ਕਵਰ ਕਰਦਾ ਆ ਰਿਹਾ। ਮੈਨੂੰ ਪਤਾ ਉੱਥੇ ਕੀ ਕੁਛ ਘਪਲੇ ਹੁੰਦੇ ਨੇ, ਕਿਹੜੇ ਕਿਹੜੇ ਬੰਦੇ ਦੇ ਚਿਹਰੇ ਕਿਹੋ ਜਿਹੇ ਨੇ ਤੇ ਕਿਹੋ ਚਿਹਰੇ ਨਾਲ ਗੱਲ ਕਰਦੇ ਆ। ਤੇ ਇਸ ਬੀਬੀ ਨੇ ਤਿੰਨੇ ਦੇਖੋ ਵਿਦਵਾਨ ਇਹ ਚੁਣੇ ਜਿਹੜੇ ਵਿਦਵਾਨ ਇਹਨਾਂ ਨੂੰ ਫਿੱਟ ਪੈਂਦੇ ਸੀ, ਪੈਸੇ ਦੇਣੇ ਸੀਗੇ। ਇੱਕ ਵੋਲੀਅਮ 5000 ਪਾਇਆ, 5000 ਇੱਕ ਵੋਲੀਅਮ, ਇੱਕ ਭਾਸ਼ਾ ਦਾ ਵੋਲੀਅਮ 5000 ਚਾਵਲਾ ਸਾਹਿਬ, ਬਹੁਤ ਵੱਡੀ ਗੱਲ ਹੁੰਦੀ ਹੈ। ਤੇ ਮਤਲਬ 15000 ਛਾਪੇ ਵੱਡੇ, ਚਾਰ ਚਾਰ ਵੱਡੀਆਂ ਕਿਤਾਬਾਂ, ਚਾਰ ਚਾਰ ਨੇ ਇਹ ਹੁਣ ਵੱਡੀਆਂ ਕਿਤਾਬਾਂ ਚਾਰ, ਇੰਨਾ ਜ਼ਿਆਦਾ ਕਰੋੜਾਂ ਰੁਪਇਆ ਖਰਚਾ ਆ ਗਿਆ। ਤੇ ਬਾਅਦ ਵਿੱਚ ਭੇਜ ਰਹੀ ਆ ਉਹ ਜਿਹੜੇ ਛਪਣ ਤੋਂ ਬਾਅਦ ਭੇਜ ਰਹੀ ਹੈ ਵਿਦਵਾਨਾਂ ਕੋਲ, ਜਿਹੜੇ ਵਿਦਵਾਨ ਜਿਹੜੇ ਅੱਗੇ ਹਿੰਦੀ ਵਾਲਾ ਵਿਦਵਾਨ ਆ ਕੋਈ, ਉੱਥੋਂ ਗਲਤ ਨਿਕਲੇ ਆ। ਗਲਤੇ ਨਿਕਲਣ ਤੋਂ ਬਾਅਦ ਉਹ ਮਾਮਲਾ ਪਹਿਲਾਂ ਤਾਂ ਵਾਈਸ ਚਾਂਸਲਰ ਆਉਂਦਾ ਰਿਹਾ, ਵਾਈਸ ਚਾਂਸਲਰ ਨੂੰ ਕਹਿੰਦੇ ਰਹੇ ਵੀ ਤੁਸੀਂ ਇਹਨੂੰ ਰੋਕੋ, ਵਾਈਸ ਚਾਂਸਲਰ ਨੇ ਗਵਾਹੀ ਕੀਤੀ ਹੈਗੀ,
ਫਿਰ ਜਦੋਂ ਅਸੀਂ ਰਿਪੋਰਟ ਰਿਪਾਰਟਿੰਗ ਕੀਤੀ ਪੰਜਾਬੀ ਯੂਨੀਵਰਸਿਟੀ ਦੇ ਹਵਾਲੇ ਦੇ ਵਿੱਚ ਤੇ ਉੱਪਰ ਫਿਰ ਵੀ ਦਿਮਾਗ ਦੀ ਗੱਲ ਆਈ। ਫਿਰ ਜਦੋਂ ਮਾਮਲਾ ਹਾਈਕੋਰਟ 'ਚ ਗਿਆ, ਹਾਈਕੋਰਟ ਨੇ ਪਾਬੰਦੀ ਲਾਈ ਕਿ ਇਹਨੂੰ ਵਿਕਰੀ ਤੇ ਪਾਬੰਦੀ ਲਾਓ, ਕਿਉਂਕਿ ਗਲਤ ਜਾਣਕਾਰੀ ਜੇਕਰ ਪੰਜਾਬੀ ਯੂਨੀਵਰਸਿਟੀ ਵੱਲੋਂ ਲੋਕਾਂ ਕੋਲੇ ਚਲੀ ਗਈ ਤਾਂ ਲੋਕਾਂ ਦੇ ਮਨ ਚੋਂ ਵੱਸ ਜਾਣੀ ਆ, ਉਹ ਕੱਢ ਨਹੀਂ ਸਕਦੇ, ਪਾਬੰਦੀ ਲਾਉਣੀ ਜ਼ਰੂਰੀ ਹੈ। ਤੇ ਉਹ ਪਾਬੰਦੀ ਲਾ ਦਿੱਤੀ ਗਈ ਚਾਵਲਾ ਸਾਹਿਬ। ਉਹ ਬੀਬੀ ਦੇ ਖਿਲਾਫ਼ ਕੁੱਝ ਵੀ ਨਹੀਂ ਕੀਤਾ ਗਿਆ, ਰਿਟਾਇਰ ਹੋ ਚੁੱਕੀ ਆ, ਘਰੇ ਬੈਠੀ ਆ ਆਪਣੇ, ਉਹਦੇ ਖਿਲਾਫ਼ ਕੋਈ ਕਾਰਵਾਈ ਨਹੀਂ। ਪੈਸੇ ਵੀ ਲੈ ਲਏ ਬੀਬੀ ਨੇ ਪ੍ਰੋਜੈਕਟ ਦੇ, ਤੇ ਪਰਿਵਾਰਾਂ ਨੂੰ ਪੈਸੇ ਵੀ ਦੇ ਦਿੱਤੇ, ਜਿਹਨਾਂ ਨੇ ਟ੍ਰਾਂਸਫਰ ਕੀਤਾ ਹੈਗਾ ਉਹਨੂੰ ਪੈਸੇ ਦਿੱਤੇ ਆ। ਬੜੇ ਬੁਰੀ ਤਰ੍ਹਾਂ ਇਹ ਮਹਾਂਕੋਸ਼ ਦੀਆਂ ਧੱਜੀਆਂ ਮਾਰੀਆਂ ਗਈਆਂ, ਪੈਸਿਆਂ ਦੀਆਂ ਵੀ ਤੇ ਆਪਣੇ ਸਾਡੇ ਸ਼ਬਦ ਗੁਰੂ ਦੀ ਵੀ। ਬਹੁਤ ਵੱਡਾ ਮਹਾਂਕੋਸ਼ ਆ। ਉਸ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜਦੋਂ ਹੁਣ ਤੁਸੀਂ ਛਾਪੋਗੇ ਤਾਂ ਸਾਡੀ ਇਜਾਜ਼ਤ ਲੈ ਲਿਓ, ਸਾਨੂੰ ਪੁੱਛ ਲਿਓ ਮਾੜਾ ਜਿਹਾ। ਮੈਂ ਚੰਗੀ ਗੱਲ ਮੰਨਦਾ ਬੀਬੀ ਜਗੀਰ ਕੌਰ ਦੀ, ਪਰ ਭਾਵੇਂ ਕਿ ਉਹਨਾਂ ਦੇ ਕਿਤਾਬਾਂ ਵਿੱਚ ਬਹੁਤ ਸਾਰੀਆਂ ਗਲਤੀਆਂ ਮਿਲਦੀਆਂ ਨੇ, ਤਾਂ ਬੀਬੀ ਕਿਹਨੇ ਜਸਟੀਫਾਈ ਕਰਨਗੇ ਅਸੀਂ ਠੀਕ ਹੈਗੇ ਆ, ਇਹ ਵੀ ਇੱਕ ਸਵਾਲ ਹੈਗਾ। ਅਗਲੀ ਗੱਲ ਇਹ ਆ ਕਿ ਰਮਾਇਣ ਦੀ ਬੜੀ ਵੱਡੀ ਚਰਚਾ ਕਰ ਰਹੀ ਆ, ਰਮਾਇਣ ਭੇਟ ਕੀਤੀ ਆ, ਲਿਖੀ ਆ ਮੋਦੀ ਜੀ ਨੂੰ, ਤਾਂ ਪੰਜਾਬੀ ਯੂਨੀਵਰਸਿਟੀ ਦੇ ਹਰਪਾਲ ਸਿੰਘ ਹੈਗੇ ਨੇ ਪੰਨੂ, ਹਰਪਾਲ ਪੰਨੂ, ਉਹਨਾਂ ਦਾ ਇਹ ਕਥਨ ਹੈ ਕਿ ਰਮਾਇਣ ਗੁਰੂ ਗੋਬਿੰਦ ਸਿੰਘ ਨੇ ਲਿਖੀ ਹੈ। ਇਹ ਗੱਲ ਕਰ ਉਹ ਵਿਸ਼ੇਸ਼ ਕਰ ਆਪਾਂ ਇੰਟਰਵਿਊ ਕਰਾਂਗੇ ਜੀ, ਕਿਹਨੇ ਲਿਖੀ ਆ, ਕਿਹੜਾ ਭਾਗ ਆ, ਕੀ ਰਾਵਣ ਤਾਰ ਆ, ਕੀ ਲਿਖਿਆ ਉਹਦੇ ਦਸਮ ਗ੍ਰੰਥ ਵਿੱਚ ਪਈ ਆ ਉਹ ਲਿਖੀ ਹੋਈ ਚਾਵਲਾ ਸਾਹਿਬ। ਪਰ ਦਸਮ ਗ੍ਰੰਥ ਦਾ ਜਿਹੜਾ ਦੋਹਰਾ ਪੂਰਾ ਕਿਉਂ ਨਹੀਂ ਵਰਤਿਆ, ਉੱਥੇ ਕੋਈ ਸ਼ਾਤਰ ਪਾਉਣਾ, ਜੋ ਪੂਰਾ ਦੋਹਰਾ ਵਰਤਿਆ ਉੱਥੇ ਤਾਂ ਫਿਰ ਬੜਾ ਕੁਝ ਹੋਰ ਵੀ ਚੁਭਣ ਵਾਲਾ ਵੀ ਆ। ਹਾਂਜੀ, ਅਸੀਂ ਸ਼ਾਮ ਨੂੰ ਰਹਿ ਰਾਸ ਦੇ ਵਿੱਚ ਦੋਹਰਾ ਆਉਂਦਾ ਹੈ, ਉਸ ਦੋਹਰੇ ਦੇ ਸ਼ਬਦ ਨੇ ਅਸੀਂ ਪਾਏ ਗਏ ਜਬ ਤੇ ਤੁਮਰੇ, ਉਦੋਂ ਬਾਅਦ ਜਿਹੜਾ ਦੋਹਰਾ ਲਾਈਨਾਂ ਆਉਂਦੀਆਂ ਨੇ ਰਾਮ ਰਹੀਮ ਪੁਰਾਣ ਕੁਰਾਣ ਅਨੇਕ ਕਹੇ ਮਤ ਏਕ ਨਾ ਮਾਨਿਓ, ਉੱਥੇ ਕੀ ਉਹਦਾ ਕੀ ਨਿਚੋੜ ਆ। ਪਰ ਕੱਲ ਵੀ ਵੀਰ ਦੇ ਅੱਗੇ ਗਏ ਸੀ ਆਪਾਂ, ਫਿਰ ਵੈਸੇ ਦੇ ਗੱਲ ਵੈਸੇ ਸਾਡੇ ਪੰਥਕ ਮਹਾਰਥੀ ਜਿਹੜੇ ਨੇ ਉਹਨਾਂ ਦਾ ਵਿਸ਼ਾ ਹੈ, ਉਹ ਗੱਲ ਕਰ ਸਕਦੇ ਨੇ। ਅਸੀਂ ਤਾਂ ਸਿਰਫ ਉਹ ਕਰ ਸਕਦੇ ਹਾਂ ਕਿ ਜਿਹੜੀ ਰੋਜ਼ ਰਹਿ ਰਾਸ ਆਪਾਂ ਕਰਦੇ ਹਾਂ, ਅਰਦਾਸ ਕਰਦੇ ਹੋ, ਜੇ ਇਹ ਦੋਹਰਾ ਸਾਹਿਬ ਆਉਂਦਾ ਉਹਦਾ ਮਤਲਬ ਕੀ ਹੋਇਆ, ਉਹ ਵੀ ਸਮਝਾਉਣ ਨਾ, ਇਹ ਮੂੰਹ ਪੈਂਦਾ ਜਾ ਰਿਹਾ। ਵੇਖੋ ਗੱਲ ਇਹ ਹੈ ਕਿ ਕਿਸੇ ਵੀ ਧਰਮ ਦੇ ਪ੍ਰਤੀ ਕੋਈ ਵੀ ਬੰਦਾ ਜਿਹੜਾ ਨਾ, ਜਦੋਂ ਇਹੋ ਜਿਹੀ ਗੱਲ ਕਰਦਾ ਨਾ, ਤਾਂ ਉਹਦਾ ਵਿਰੋਧ ਉਸ ਧਰਮ ਦੇ ਲੋਕ ਕਰਨ, ਵੀ ਤੁਸੀਂ ਕਿਉਂ ਕਰਦੇ ਹੋ। ਗੁਰੂ ਨਾਨਕ ਮਹਾਰਾਜ ਜਾ ਕੇ ਸਵਾਲ ਕੀਤਾ ਉਹਨਾਂ ਨੇ, ਕਦੇ ਵਿਰੋਧ ਨਹੀਂ ਕੀਤਾ, ਸਵਾਲ ਕੀਤਾ ਉਹਨਾਂ ਨੇ, ਤੇ ਕੀਤਾ ਵੀ ਇਸ ਕਰਕੇ ਹੈ, ਕੋ ਪੰਡਿਤ ਸੂਚਾ ਕਮਣ ਥਾਂ ਜਹਾਂ ਵੈਸਨੋ ਭੋਜਨ ਖਾਓ। ਹਰ ਤਰਕ ਨਾਲ ਗੱਲ ਕੀਤੀ ਹੈ ਉਹਨਾਂ ਨੇ, ਚੁੱਲ੍ਹਾ ਜੂਠਾ ਚੌਂਕਾ ਜੂਠਾ ਕੜਛੀ ਕੀ ਜੂਠ ਉਤਰ ਨਹੀਂ, ਮਤਲਬ ਕੜਛੀ ਜਿਹੜੇ ਤੂੰ ਗੋਬਰ ਦੇ ਨਾਲ ਲਿਆ ਕੇ ਇਹ ਭਾਂਡੇ ਮਾਂਜ ਰਿਹਾ, ਜਿਹੜੇ ਪਾਣੀ ਨਾਲ ਧੋ ਰਿਹਾ, ਉਹਦੇ ਵਿੱਚ ਵੀ ਜੀਵ ਹੈਗਾ, ਉਹ ਤਾਂ ਫੇਰ ਸੁੱਚਾ ਨਾ ਹੋਇਆ। ਸਵਾਲ ਕੀਤੇ ਨੇ, ਕਦੇ ਵਿਰੋਧ ਨਹੀਂ ਕੀਤਾ ਉਹਨਾਂ ਨੇ, ਉਹਨਾਂ ਨੇ ਆਪਣਾ ਇੱਕ ਮਾਰਗ ਵੱਖਰਾ ਚਲਾਇਆ, ਇੱਕ ਰਸਤਾ ਵੱਖਰਾ ਅਪਣਾਇਆ ਕਿ ਨਹੀਂ ਵੀ ਆਹ ਜੋ ਤੁਸੀਂ ਕਰ ਰਹੇ ਹੋ ਇਹ ਮੈਨੂੰ ਸ਼ੋਭਾ ਨਹੀਂ ਦਿੰਦਾ। ਇਹ ਨਹੀਂ ਕਿਹਾ ਕਿ ਨਹੀਂ ਮੈਂ ਨਹੀਂ, ਮਤਲਬ ਗਲਤ ਵਾ ਤੁਸੀਂ, ਗਲਤ ਨਹੀਂ ਕਿਹਾ। ਜੇ ਪਾਂਡੇ ਨੂੰ ਸਵਾਲ ਕੀਤਾ ਹੈ ਕਿ ਤੂੰ ਸੂਰਜ ਨੂੰ ਪਾਣੀ ਦੇ ਰਿਹਾ ਕਿ ਪਾਣੀ ਨਾਲ ਸੂਰਜ ਠੰਡਾ ਹੋ ਜਾਏਗਾ, ਪਤਾ ਨਹੀਂ ਕਿੰਨੀ ਦੂਰ ਆ, ਅਤੇ ਉਲਟੇ ਪਾਸੇ ਪਾਣੀ ਝੱਲਣਾ ਸ਼ੁਰੂ ਕਰਤਾ, ਅਤੇ ਪੁੱਛਿਆ ਵੀ ਇਹ ਕੀ ਕਰਦਾ, ਕਹਿੰਦੇ ਜੇ ਤੁਹਾਡਾ ਸੂਰਜ ਠੰਡਾ ਹੋ ਸਕਦਾ ਤਾਂ ਮੇਰੇ ਪਾਣੀ ਝੱਲਣਾ ਸ਼ਾਇਦ ਕਰਤਾਰਪੁਰ, ਮੇਰੀ ਫਸਲ ਸੁੱਕੀ ਪਈ ਉੱਥੇ ਪਹੁੰਚ ਜੇ। ਇੱਕ ਤਰਕ ਵਾ, ਤਰਕ ਆ ਨਾ, ਬਿਲਕੁਲ। ਭੰਗਰਨਾਥ ਦਾ ਲੋਟਾ ਚੱਕ ਕੇ ਉਹਦੇ ਪਿਛਲੇ ਪਾਸੇ ਰੱਖਦਾ, ਅਟਲ ਵਟਾਲੇ ਦੀ ਗੱਲ ਹੈ, ਉਹਦੇ ਨਾਲ ਕੋਈ ਬਹਿਸ ਬਸਈਆ ਨਹੀਂ ਕੀਤਾ, ਕਹਿੰਦਾ ਤਾਰੇ ਤੋੜਨ ਦੀ ਗੱਲ ਕਰਦਾ, ਆਪਣਾ ਲੋਟਾ ਹੀ ਲੱਭ ਲਾ। ਅਸੀਂ ਕਹਿੰਦੇ ਕਿ ਮੱਕਾ ਘੁਮਾ ਦਿੱਤਾ, ਪਰ ਗੁਰੂ ਜੀ ਨੇ ਮੱਕਾ ਕੋਈ ਬਿਲਡਿੰਗ ਨਹੀਂ ਸੀ ਘੁਮਾਈ, ਉਸ ਕਾਜੀ ਦੀ, ਉਸ ਵਕਤ ਜਿਹੜਾ ਉੱਥੇ ਮੌਲਵੀ ਸੀ ਉਹਦੀ ਸੋਚ ਨੂੰ ਬਦਲ ਦਿੱਤਾ ਸੀ, ਵੀ ਮੇਰੇ ਪੈਰ ਉੱਧਰ ਕਰਦੇ ਜਿੱਦਾਂ ਰੱਬ ਦਾ ਦਰ ਨਹੀਂ। ਪਰ ਉਹ ਕਿੱਡਾ ਤਗੜਾ ਸੂਝਵਾਨ ਮੌਲਵੀ ਹੋਊਗਾ, ਕਾਜੀ ਹੋਊਗਾ, ਸਮਝ ਗਿਆ ਕਿ ਇਹ ਤਾਂ ਰੱਬ ਦਾ ਬੰਦਾ, ਵੀ ਰੱਬ ਤਾਂ ਸਾਰੇ ਪਾਸੇ, ਪਤਾ ਹੈ, ਪਤਾ ਹੈ ਨਾ ਰੱਬ ਸਾਰੇ ਪਾਸੇ, ਫਿਰ ਆ ਗਿਆ ਨਾ। ਸਵਾਲ ਕੀਤਾ, ਕੋਈ ਵਿਰੋਧ ਨਹੀਂ ਕੀਤਾ, ਤੇ ਪਰ ਕੀ ਹੋ ਰਿਹਾ ਕਿ ਅੱਜ ਨਰਿੰਦਰ ਮੋਦੀ ਸਾਹਿਬ ਦੀ ਉਸ ਪਹਿਲੇ ਦਿਨ ਜਿਹੜੀ ਖਬਰ ਆਈ ਸੀ ਕਿ ਰਮਾਇਣ ਤੋਂ ਬਾਅਦ ਹੁਣ ਇਹਨਾਂ ਲੋਕਾਂ ਦੀਆਂ ਥੋੜ੍ਹੀਆਂ ਜਿਹੀਆਂ ਹੋਰ ਜਿਹੜੇ ਨੇ ਵਾਸ਼ਾਂ ਥੋੜ੍ਹੀਆਂ ਜਿਹੀਆਂ ਪਾਟਣੀ ਸ਼ੁਰੂ ਹੋ ਗਈਆਂ ਨੇ, ਪਰ ਇਹ ਜਾਪਦੇ 'ਚ ਰਹਿਣ ਤਾਂ ਚੰਗੀ ਗੱਲ ਹੈ, ਕਿਉਂਕਿ ਇਹ ਨਸਤਰ ਜਿਹੜੇ ਲਾ ਲਾ ਕੇ ਵੇਖ ਰਹੇ ਨੇ ਕਿ ਕੋਈ ਜਾਗਦੇ ਹੈ ਜਾਂ ਨਹੀਂ ਹੈਗੇ, ਪਰ ਸਾਡੀ ਕੌਮ ਦੇ ਜਿਹੜੇ ਜਹੇਦਾਰ ਨੇ ਉਹ ਜਿਹਨਾਂ ਨੂੰ ਬੋਲਣਾ ਚਾਹੀਦਾ, ਸਵਾਲ ਉੱਠ ਰਹੇ ਨੇ ਸੋਸ਼ਲ ਨੈਟਵਰਕ ਮੀਡੀਆ ਦੇ, ਭਾਈ ਹੁਣ ਜਵਾਬ ਦਿਓ। ਹਾਂਜੀ, ਹੁਣ ਜਵਾਬ ਦਿਓ, ਹੁਣ ਕਿੱਥੇ ਨੇ ਜਵਾਬ ਦੇਣ ਵਾਲੇ ਵੱਡੇ ਵੱਡੇ,
ਮੈਨੂੰ ਲੱਗਦਾ ਉਹ ਆਉਣ ਵਾਲੀ ਨਵੀਂ ਸਰਕਾਰ ਵਾਸਤੇ ਲੱਡੂ ਹੀ ਵੱਟ ਰਹੇ ਹੋਣੇ ਕਿਤੇ। ਦਿਓ ਜਵਾਬ ਨੂੰ ਕਹਿੰਦੇ ਸ਼ਾਹ ਮੁਹੰਮਦ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਤੁਸੀਂ ਇਹੋ ਜਿਹਾ ਰਖਵਾਲੇ ਬਣਾਓਗੇ ਤਾਂ ਫਿਰ ਬਈ ਕੰਮ ਇੱਦਾਂ ਹੀ ਹੋਣਾ। ਜੰਮੂ ਕਸ਼ਮੀਰ ਸ੍ਰੀਨਗਰ ਵਿੱਚ ਜਿਹੜਾ ਸ਼ਹੀਦਾਂ ਦਾ ਕਬਰਸਤਾਨ ਸੀਲ ਹੋਇਆ ਹੈ। PDP ਅਤੇ ਨੈਸ਼ਨਲ ਕਾਨਫਰੰਸ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਮੰਗੀ ਸੀ ਮਨਜ਼ੂਰੀ। ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਉੱਥੇ ਕਬਰਸਤਾਨ ਹੈਗਾ ਸ੍ਰੀਨਗਰ ਦੇ ਵਿੱਚ। 13 ਜੁਲਾਈ 1931 ਨੂੰ ਉਸ ਜਿਹੜੇ ਤਾਨਾਸ਼ਾਹ ਸ਼ਾਸਕ ਸੀਗੇ ਉਹਨਾਂ ਦੀ ਪ੍ਰਦਰਸ਼ਨ ਕਰ ਰਹੇ ਸੀ ਕੁੱਝ ਲੋਕ, ਤੇ ਡੋਗਰਾ ਫੌਜ ਨਾਲ ਉਹਨਾਂ ਦਾ ਟਾਕਰਾ ਹੋ ਗਿਆ ਸੀਗਾ। ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜਾ ਕਿ 22 ਦੇ ਕਰੀਬ ਸਿੰਘ, ਜਿਹੜੇ 22 ਦੇ ਕਰੀਬ ਲੋਕ ਮਾਰੇ, ਸਿੰਘ ਵੀ ਲੋਕ ਮਾਰੇ ਗਏ ਸੀਗੇ, ਜਿਹਨਾਂ ਨੂੰ ਸ਼ਹੀਦਾਂ ਦਾ ਦਿੱਤਾ ਗਿਆ ਸੀਗਾ ਤੇ ਉਹ ਸ਼ਾਸਕਾਂ ਦੇ ਖਿਲਾਫ਼ ਕੰਮ ਕਰੇ ਸੀ। ਉਹਨਾਂ ਨੂੰ ਦਫਨਾਇਆ ਗਿਆ ਸੀ ਇਸ ਕਬਰਸਤਾਨ ਦੇ ਵਿੱਚ ਸ੍ਰੀਨਗਰ। ਤੇ ਇਹਨਾਂ ਨੂੰ ਹਰ ਸਾਲ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਨੇ ਸਿਆਸੀ ਲੋਕ, ਤੇ ਇਸੇ ਤਹਿਤ ਸ਼ਰਧਾ ਦੇ ਫੁੱਲ ਅਰਪਿਤ ਕਰਨੇ ਸੀਗੇ। ਕਸ਼ਮੀਰੀ ਪੰਡਿਤ ਇਹਨਾਂ ਨੂੰ ਆਪਣੇ ਨਾਲ ਜੋੜਦੇ ਆ। ਉਹ ਕਹਿੰਦੇ ਆ ਕਿ ਸਾਡੇ ਕਸ਼ਮੀਰੀ ਪੰਡਿਤ, ਸਾਡੇ ਕਸ਼ਮੀਰੀ ਹਿੰਦੂ ਉਸ ਟਾਈਮ ਮਾਰੇ ਗਏ ਸੀ 22, ਉਹਨਾਂ ਦੇ ਨਾਲ ਜੋੜ ਕੇ ਉਹਨਾਂ ਨੇ ਇਹ ਦਿਵਸ ਮਨਾਇਆ ਹੈਗਾ, ਸ਼ਰਧਾ ਦੇ ਫੁੱਲ ਅਰਪਿਤ ਕੀਤੇ ਆ। ਪਰ ਨੈਸ਼ਨਲ ਕਾਨਫਰੰਸ ਤੇ PDP ਇਹਨਾਂ ਨੇ ਇਜਾਜ਼ਤ ਮੰਗੀ ਸੀ ਕਿ ਅਸੀਂ ਸ਼ਰਧਾ ਦੇ ਫੁੱਲ ਅਰਪਿਤ ਕਰਨੇ ਆ ਨਾ ਜਿਹੜੇ ਸ਼ਹੀਦ ਸੀਗੇ। ਪਰ ਉੱਥੇ ਜਿਹੜੀ ਕਿ ਗੌਰਮੈਂਟ ਹੈਗੀ ਹੈ, ਗੌਰਮੈਂਟ ਕੀ ਆ ਉੱਥੇ ਪ੍ਰਸ਼ਾਸਕੀ ਆ ਉੱਥੇ BJP ਦਾ, ਤੇ ਉਹਨਾਂ ਨੇ ਇਜਾਜ਼ਤ ਦੇਣ ਤੋਂ ਮਨਾ ਕਰਤਾ। ਤੇ ਨਾਲ ਹੀ ਉੱਥੇ ਸਖ਼ਤ ਪ੍ਰਬੰਧ ਲਾ ਤੇ, ਸੁਰੱਖਿਆ ਲਾ ਤੀ, ਬੈਰੀਕੇਡ ਲਾ ਤੇ ਤਾਂ ਕਿ ਬੰਦਾ ਉੱਥੇ ਆਵੇ ਨਾ। ਇਹ ਹੁਣ ਚੰਗੀ ਆ ਜਾਂ ਮਾੜੀ ਗੱਲ ਆ, ਇਹ ਤਾਂ ਵੱਖਰੀ ਗੱਲ ਆ। ਪਰ ਇਸ ਗੱਲ ਦੀ PDP ਵੱਲੋਂ ਨਿੰਦਾ ਕੀਤੀ ਗਈ ਹੈ ਕਿ ਜਿਹੜੇ ਸ਼ਹੀਦ ਹੁੰਦੇ ਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨਾ ਸਾਡਾ ਫਰਜ਼ ਹੈ। ਇਹ ਭਾਜਪਾ ਸਰਕਾਰ ਤਾਂ ਹੋ ਨਹੀਂ ਸਕਦੀ, ਜਿਹੜਾ ਕਿ ਜ਼ਬਰਦਸਤੀ ਹੋਏ ਜਾ ਰਹੇ ਆ। ਕਿਸਾਨ ਮਸਲਿਆਂ 'ਤੇ ਜੇਕਰ ਗੱਲ ਕਰੀਏ ਤਾਂ 2-3 ਸਵਾਲ ਇਕੱਠੇ ਨੇ। ਕਿਸਾਨਾਂ ਦੀ ਫੜੋਫੜੀ ਦੇ ਵਿਰੋਧ ਵਿੱਚ ਕਿਸਾਨਾਂ ਨੇ ਦਿੱਲੀ ਚੰਡੀਗੜ੍ਹ ਰੋਡ 7 ਘੰਟੇ ਜਾਮ ਰੱਖੀ ਹੈ। ਉਧਰ ਨਾਲ ਹੀ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਕਿਸਾਨਾਂ ਲਈ। ਉਹਨਾਂ ਨੂੰ ਉਕਸਾਉਣ ਵਾਲੇ ਭਾਜਪਾਈ ਜਿਹੜੇ ਨੇ ਉਹ ਅੱਜ ਕੱਲ੍ਹ ਜ਼ਿਆਦਾ ਹੀ ਸਮਝ ਲਓ ਕਿ ਐਕਸਾਈਟਮੈਂਟ ਜਿਹੜੀ ਹੈ ਪੈਦਾ ਕਰਨ ਵਾਸਤੇ ਵੱਖਰੀ ਵੱਖਰੀ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੀ ਹੈ ਅਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਸੰਯੁਕਤ ਕਿਸਾਨ ਮੋਰਚੇ ਨੇ। ਕੀ ਕਹਿਣਾ ਚਾਹੋਗੇ? ਚਲੋ ਸਾਹਿਬ, ਇੱਥੇ ਨਾ ਰਾਜਪੁਰੇ ਦੇ ਵਿੱਚ ਭਾਜਪਾਈਆਂ ਨੂੰ ਬੰਦੀ ਬਣਾਇਆ ਗਿਆ ਸੀਗਾ ਕਿਸਾਨਾਂ ਵੱਲੋਂ। ਉਸ ਤਹਿਤ ਭਾਜਪਾਈਆਂ ਨੇ ਬੜੀ ਭੱਦੀ ਸ਼ਬਦਾਵਲੀ ਵਰਤੀ ਸੀ ਕਿਸਾਨਾਂ ਵਾਸਤੇ, ਗਾਲਾਂ ਕੱਢੀਆਂ ਸੀਗੀਆਂ ਭਾਜਪਾਈਆਂ ਨੇ। ਦੂਜੇ ਪਾਸੇ ਆਪਸ ਚ ਧੱਕਾ ਮੁੱਕੀ ਵੀ ਹੋਈ ਸੀ, ਇੱਕ ਪੁਲਿਸ ਵਾਲੀ ਦੀ ਨੱਕ ਦੀ ਹੱਡੀ ਟੁੱਟ ਗਈ ਸੀਗੀ। ਉਸ ਤਹਿਤ ਕਿਸਾਨਾਂ ਦੇ ਖਿਲਾਫ਼ ਕੇਸ ਦਰਜ ਕੀਤੇ ਗਏ, ਫੜੋ ਫੜੀ ਜਾਰੀ ਕੀਤੀ ਤੇ ਕੁੱਝ ਕਿਸਾਨ ਫੜੇ ਵੀ ਗਏ। ਉਹਨਾਂ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਚੰਡੀਗੜ੍ਹ ਦਿੱਲੀ ਸੜਕ ਜਾਮ ਕੀਤੀ 7 ਘੰਟਿਆਂ ਵਾਸਤੇ ਕਿਸਾਨਾਂ ਨੇ, ਅਤੇ ਕਿਹਾ ਕਿ ਇਹਨਾਂ ਜਿਹੜੇ ਕੇਸ ਦਰਜ ਕੀਤੇ ਆ ਕੇਸ ਵਾਪਸ ਕੀਤੇ ਜਾਣ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਕਹਿੰਦਾ ਹੈ ਕਿ ਜਿਹੜੇ ਭਾਜਪਾਈ ਭੱਦੀ ਸ਼ਬਦਾਵਲੀ ਵਰਤ ਕੇ ਕਿਸਾਨਾਂ ਨੂੰ ਉਕਸਾ ਰਹੇ ਆ ਹਿੰਸਾ ਕਰਨ ਵਾਸਤੇ, ਉਹਨਾਂ ਭਾਜਪਾਈਆਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਉਹ ਬਖਸ਼ੇ ਨਹੀਂ ਜਾਣੇ ਚਾਹੀਦੇ। ਅਗਲੀ ਗੱਲ ਇੱਕ ਹੋਰ ਵੀ ਨਾਲ ਚਾਲਕ ਤੋਂ ਜੋੜ ਗਈ ਤੇ ਇਸ ਸੰਬੰਧ ਵਿੱਚ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈਗਾ ਉਹਨੂੰ ਹੋਰ ਲਾ ਦੇਣ ਵਾਸਤੇ ਰਿਕੁਐਸਟ ਕੈਟ ਨੇ ਇੱਕ ਪੋਸਟਰ ਜਾਰੀ ਕੀਤਾ। ਉਸ ਪੋਸਟਰ ਦੇ ਵਿੱਚ ਕਿਹਾ ਗਿਆ ਕਿ ਉਹ ਸੰਸਦ ਦੇ ਬਾਹਰ ਜਦੋਂ ਸਦਨ ਚੱਲੇਗਾ 22 ਜੁਲਾਈ ਤੋਂ ਲੈ ਕੇ ਆਪਣਾ ਸੈਸ਼ਨ ਚਲਾਉਣਗੇ। 200 ਦੇ ਕਰੀਬ ਕਿਸਾਨ ਦਿੱਲੀ ਜਾ ਕਰਨਗੇ ਤੇ ਦਿੱਲੀ ਜਾ ਕੇ ਉੱਥੇ ਕਿਸਾਨ ਜਿਹੜੇ ਹੈਗੇ ਆ ਉਹ ਆਪਣਾ ਜਿਹੜੀ ਮੰਗਾਂ ਹੈਗੀ ਉਹਨਾਂ ਪ੍ਰਤੀ ਤੇ ਭਾਜਪਾ ਸਰਕਾਰ ਦਾ ਚਿਹਰਾ ਮੰਗਾ ਕਰਿਆ ਕਰਨਗੇ, ਇਹ ਵੀ ਐਲਾਨ ਕੀਤਾ ਗਿਆ। ਚੱਲ ਦੋਸਤੋ, ਸਾਡੇ ਦੇਸ਼ ਤੋਂ ਕੋਈ ਸਾਨੂੰ ਜਦੋਂ ਚੀਜ਼ਾਂ ਆਉਂਦੀਆਂ ਨੇ ਨਾ ਖਾਸ ਤੌਰ 'ਤੇ, ਸਾਡਾ ਬੜਾ ਮਨ ਖੁਸ਼ ਹੁੰਦਾ ਕਿ ਖਾਸ ਤੌਰ 'ਤੇ ਵੀ ਭਾਰਤ ਤੋਂ ਆ ਚੀਜ਼ ਆਈ, ਗਾਜਰਾਂ ਆ ਗਈਆਂ, ਭਿੰਡੀਆਂ ਆ ਗਈਆਂ, ਅਦਰਕ ਵੀ ਆਉਂਦਾ ਕਿਸੇ ਵੇਲੇ ਜਾਂ ਉੱਥੋਂ ਦਾ ਕੋਈ ਹੋਰ ਨਿਕ ਸੁੱਕ ਆਉਂਦਾ ਅਤੇ ਅਸੀਂ ਪਹਿਲ ਦੇ ਆਧਾਰ 'ਤੇ ਲੈ ਕੇ ਆਉਂਦੇ ਹਾਂ। ਹਾਂਜੀ, ਪਾਕਿਸਤਾਨ ਤੋਂ ਅੰਬ ਆਉਂਦੇ ਨੇ, ਸਾਡੇ ਇੰਡੀਆ ਦੇ ਸ਼ਾਇਦ ਅੰਬ ਇੱਥੇ ਅਲਾਊਡ ਨਹੀਂ ਹੈ, ਅਮੈਰੀਕਾ ਦੇ ਵਿੱਚ ਵੀ ਜਾਂ ਇੱਥੇ ਵੀ ਵੱਖ ਵੱਖ ਦੇਸ਼ਾਂ ਦੇ ਵਿੱਚ। ਉਹਦਾ ਕਾਰਨ ਕੀ, ਉਹਦੇ ਪਿੱਛੇ ਕਿਤੇ ਕੋਸ਼ਿਸ਼ ਕਰਾਂਗੇ। ਪਰ ਜਾਮੁਨ ਆਉਂਦੇ ਨੇ ਇਹ ਪਾਕਿਸਤਾਨ ਤੋਂ ਤਾਂ ਕੁਝ ਕੁ ਸਮੇਂ ਵਾਸਤੇ ਹੀ ਆਉਂਦੇ ਨੇ, ਥੋੜ੍ਹਾ ਸਮਾਂ ਹੀ ਹੁੰਦਾ ਇਹਨਾਂ ਦਾ, ਜ਼ਿਆਦਾ ਨਹੀਂ। ਅਤੇ ਅੱਜ ਕੱਲ੍ਹ ਬੜੇ ਸ਼ਿਕੂ ਜਿਹੇ, ਬੜੇ ਪਿਆਰੇ ਉਹਨਾਂ ਦੇ ਵਿੱਚ ਆਉਂਦੇ ਨੇ। ਮੈਨੂੰ ਬੜਾ ਸ਼ੌਂਕ ਹੈ ਅਤੇ ਮੈਂ ਸਪੈਸ਼ਲ ਜਦੋਂ ਕਿਤੇ ਗਰਮੀਆਂ ਦਾ ਮੌਸਮ ਆਉਂਦਾ, ਮੈਂ ਦੋ ਤਿੰਨ ਦੁਕਾਨਾਂ 'ਤੇ ਕਹਿ ਕੇ ਰੱਖਿਆ ਸਾਡੇ ਇੱਥੇ ਵੀਰ ਤੇਜਿੰਦਰ ਜੀ ਦੀ ਇਜਾਜ਼ਤ ਸਾਨੂੰ ਹੁਣ ਆਉਂਦੀ ਆ, ਜਦੋਂ ਆਉਂਦੇ ਸੀ ਸਪੈਸ਼ਲ ਫੋਨ ਕਰਕੇ ਦਿੰਦੇ ਸੀ ਬੋਂਬੇ ਗਰੋਸਰ ਤੋਂ।
ਪਰ ਸਾਡਾ ਸੁਪਰ ਮਾਰਕੀਟ ਦੀ ਜਾਂ ਹੋਰ ਕਿਤੇ ਵੀ ਆਉਣ ਤਾਂ ਉੱਥੋਂ ਸਾਨੂੰ ਫੋਨ ਆ ਜਾਂਦਾ ਵੀ ਆ ਗਏ ਨੇ, ਗੋਲਡਨ ਗਰੋਸਰਸ ਵਾਲਿਆਂ ਤੋਂ ਵੀ ਲੈ ਕੇ ਆਈਦਾ, ਪਾਕਿਸਤਾਨ ਤੋਂ ਆਉਂਦੇ ਜਾਮਨ ਬਹੁਤ ਵਧੀਆ ਕਹਿੰਦੇ ਖਾਣ ਵਾਸਤੇ, ਜੇਕਰ ਤੁਹਾਡੇ ਸਰੀਰ ਦੇ ਅੰਦਰ ਕੁਝ ਵਾਲ ਚਾਲ ਕਿਤੇ ਹੋਣ ਅੰਦਰ ਉਹ ਵੀ ਸਾੜ ਸੂਟ ਦਿੰਦੇ ਨੇ, ਬੜਾ ਗੁਣਕਾਰੀ ਜਿਹਾ, ਖਾਸ ਤੌਰ 'ਤੇ ਸ਼ੂਗਰ ਵਾਲਿਆਂ ਵਾਸਤੇ ਵੀ। ਸਾਡੇ ਕਿਸਾਨ ਅਤੇ ਸਾਡੇ ਜਿਹੜੇ ਉੱਥੇ ਮਤਲਬ ਲੋਕ ਨੇ ਜਿਹੜੇ ਸਪਰੇਆਂ ਕਰਕੇ ਰਾਤੋ ਰਾਤ ਬੂਟਿਆਂ ਨੂੰ ਜਿਹੜੀਆਂ ਨੇ ਵੱਡੇ ਵੱਡੇ ਕਹਿੰਦੇ ਨੇ ਕਿ ਫਲ ਲੱਗ ਜਾਣ ਅਤੇ ਸਾਡੀਆਂ ਤਜੋਰੀਆਂ ਭਰ ਜਾਣ, ਪਰ ਉਹ ਪਰਵਾਹ ਨਹੀਂ ਕਰਦੇ ਕਿ ਸਾਡੀ ਇਸ ਸਪਰੇ ਦੇ ਨਾਲ ਇਨਸਾਨ ਤਾਂ ਕੀ ਜਿਹੜੇ ਸਾਡੇ ਰਖਵਾਲੇ ਨੇ ਜਾਨਵਰ ਕਈ ਤਰ੍ਹਾਂ ਦੇ ਉਹ ਵੀ ਮਾਰੇ ਜਾ ਸਕਦੇ ਨੇ। ਕੁਦਰਤ ਜਾਮਨ ਦਾ ਵੱਧ ਝਾੜ ਲੈਣ ਲਈ ਇੱਕ ਠੇਕੇਦਾਰ ਵੱਲੋਂ ਪਤਾ ਲੱਗਾ ਕਿ ਸਪਰੇ ਕਰਕੇ ਹਜ਼ਾਰਾਂ ਤੋਤੇ ਅਤੇ ਹੋਰ ਪੰਛੀ ਮਰ ਗਏ ਨੇ। ਹੁਣ NGT ਨੇ ਜਾਂਚ ਦੇ ਹੁਕਮ ਦਿੱਤੇ ਨੇ, ਇਹਦੇ ਉੱਤੇ ਤੁਹਾਡਾ ਨਜ਼ਰੀਆ ਜਾਣਨਾ ਚਾਹੁੰਦੇ ਹਾਂ, ਕੀ ਕਹਿਣਾ ਚਾਹੋਗੇ? ਹਾਂ ਪੰਜਾਬ ਦੀ ਚਾਵਲਾ ਸਾਹਿਬ, ਇਹ ਪੰਜਾਬ ਦੇ ਵਿੱਚ ਇੱਕ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਹੋਇਆ ਤੇ ਉੱਥੇ ਜਾਮਣਾਂ ਕਾਫੀ ਹੈਗੀਆਂ ਨੇ ਤੇ ਜਾਮਣਾਂ ਦਾ ਵੱਧ ਝਾਲ ਲੈਣ ਵਾਸਤੇ ਠੇਕੇਦਾਰ ਨੇ ਉੱਥੇ ਸਪਰੇਅ ਕਰ ਦਿੱਤਾ। ਸਪਰੇਅ ਕਰਨ ਤੋਂ ਬਾਅਦ ਤੋਤੇ ਸੀਗੇ, ਤੋਤੇ ਤੇ ਟੁੰਗਦੇ ਸੀਗੇ ਇਹਨਾਂ ਨੂੰ ਤੇ ਉਹ ਤੋਤੇ ਬਹੁਤ ਸਾਰੇ ਮਰ ਗਏ ਤੇ ਨਾਲ ਹੀ ਜਿਹੜੇ ਹੋਰ ਪੰਛੀ ਸੀਗੇ ਉਹ ਵੀ ਬਹੁਤ ਸਾਰੇ ਗਿਰੇ ਹੋਏ ਮਿਲੇ, ਮਰੇ ਮਰੇ ਹੋਏ ਮਿਲੇ। ਇਸ ਤਹਿਤ ਪ੍ਰਸ਼ਾਸਨ ਦਾ ਭਾਵੇਂ ਕਹਿੰਦਾ ਕਿ ਜੀ ਹਵਾ ਚੱਲੀ ਝੱਖੜ ਚੱਲੀ ਤਾਂ ਤੋਤੇ ਮਰੇ ਨੇ, ਪਰ ਏਦਾਂ ਨੀ, ਹਵਾ ਝੱਖੜ ਚੱਲਣ ਨਾਲ ਤੋਤੇ ਏਦਾਂ ਨੀ ਮਰਦੇ ਹੁੰਦੇ। ਪ੍ਰਸ਼ਾਸਨ ਬਿਨਾਂ ਮਤਲਬ ਗੋਂਗਲ ਦੇ ਮਿੱਟੀ ਝਾੜ ਦੀ ਗੱਲ ਕਰ ਰਿਹਾ ਤੇ ਪਰ ਠੇਕੇਦਾਰ ਨੇ ਝਾੜ ਲੈਣ ਦੀ ਗੱਲ, ਪਤਾ ਇਹ ਵੀ ਲੱਗਿਆ ਕਿ ਠੇਕੇਦਾਰ ਨੇ ਝਾੜ ਲੈਣ ਦੀ ਵੀ ਸਗੋਂ ਤੋਤੇ ਬਹੁਤ ਪਰੇਸ਼ਾਨ ਕਰਦੇ ਸੀ ਉਹਨੂੰ ਤੇ ਤੋਤੇ ਪਰੇਸ਼ਾਨ ਕਰਦੇ ਸੀ ਉਹਨੇ ਇਹੋ ਜਿਹਾ ਸਪਰੇਅ ਕੀਤਾ ਜਿਹੜੇ ਕਿ ਤੋਤਿਆਂ ਨੂੰ ਮਾਰਨ ਵਾਲਾ, ਪੰਛੀਆਂ ਨੂੰ ਮਾਰਨ ਵਾਲਾ ਸੀਗਾ। ਕੋਈ ਜਾਮਣਾ ਤੇ ਇੱਕ ਤਾਂ ਜਹਿਰਲਾ ਸ਼ਰੀਰ ਸਪਰੇਅ ਜਾਮਣਾ ਤੇ ਕੀਤਾ, ਜਾਮਣਾ ਜਿਹੜੀਆਂ ਖਾ ਬੰਦਾ ਖਾਏਗਾ ਕੋਈ ਉਹਦੀ ਦਿੱਕਤ ਆਏਗੀ, ਬਿਲਕੁਲ ਤਾਂ ਹੀ ਜੁਰਮ ਕੀਤਾ। ਅਗਲੀ ਗੱਲ ਇਹ ਕਿ ਉਸਨੇ ਤੋਤੇ ਬਹੁਤ ਸਾਰੇ ਮਾਰਤੇ, ਮਾਮਲਾ ਪਹੁੰਚ ਗਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲੇ, NGT ਕੋਲੇ। NGT ਨੇ ਜੇ ਕੋਲੇ ਕੇਸ ਗਿਆ ਤਾਂ ਚੇਅਰਮੈਨ ਹੈਗੇ ਨੇ, ਚੇਅਰਮੈਨ ਨੇ ਇਹ ਫੈਸਲਾ ਕੀਤਾ ਕਿ ਇਹਦੀ ਪੜਤਾਲ ਹੋਵੇ ਤੇ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਜੰਗਲਾਤ ਡਿਪਾਰਟਮੈਂਟ ਇਸ ਸੰਬੰਧ ਵਿੱਚ ਜੋ ਵੀ ਧਾਰਾਵਾਂ ਬਣਦੀਆਂ ਨੇ ਉਹਦਾ ਕੇਸ ਦਰਜ ਕੀਤਾ ਜਾਵੇ ਤੇ ਉਹ ਬੰਦੇ ਬਖਸ਼ੇ ਜਾਣ। ਚਾਵਲਾ ਸਾਹਿਬ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਸੱਪ ਮਾਰਨਾ ਵੀ ਕਾਨੂੰਨੀ ਜੁਰਮ ਹੈ। ਚਾਵਲਾ ਸਾਹਿਬ ਮੇਰੇ ਨਾਲ ਕਾਲਰ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਅਕੀਦਾ ਸਾਹਿਬ, ਮਹਾਨ ਕੋਚ ਭਾਈ ਕਾਹਨ ਸਿੰਘ ਨਾਭਾ ਹੋਣਾ ਦਾ ਜਿਹੜਾ ਲਿਖਿਆ ਹੋਇਆ ਇਹ ਭਾਈ ਚਤਰ ਸਿੰਘ ਹੋਣਾ ਨੇ, ਜੀਵਨ ਸਿੰਘ ਹੋਣਾ ਨੇ 2004 ਵਿੱਚ ਛਾਪਿਆ, ਇਹਦੇ ਵਿੱਚ ਕੋਈ ਇਹੋ ਜਿਹੀ ਕਮੀ ਆ ਕੋਈ ਜਾਂ ਕੀ ਵਜ੍ਹਾ? ਦੋ ਭਾਗਾਂ ਵਿੱਚ ਛਾਪਿਆ, ਛੋਟੇ ਅੱਖਰ ਆ। ਜਿਹੜਾ ਪੰਜਾਬੀ ਭਾਸ਼ਾ ਵੀ ਛਾਪਿਆ ਮਹਾਨ ਕੋਰਸ ਆ ਪੰਜਾਬੀ ਯੂਨੀਵਰਸਿਟੀ ਵੱਲੋਂ, ਠੀਕ ਹੈ, ਕੁਛ ਕੋਈ ਗਲਤੀ ਨੀ ਹੈਗੀ। ਹਾਂ ਕੁਝ ਐਂਟਰੀਆਂ ਨਵੀਆਂ ਕੀਤੀਆਂ ਗਈਆਂ, ਨਵੀਆਂ ਐਂਟਰੀਆਂ ਪਾਈਆਂ ਨੇ, ਉਹ ਨਵੀਆਂ ਐਂਟਰੀਆਂ, ਨਵੇਂ ਯੁੱਗ, ਨਵੀਂ ਗੱਲ ਆ, ਨਵੀਂ ਬਾਤ ਹੈ, ਨਵੇਂ ਸ਼ਬਦ ਆ ਰਹੇ ਨੇ ਸਾਡੇ ਕੋਲੇ, ਤਾਂ ਨਵੀਆਂ ਐਂਟਰੀਆਂ ਪਾਈਆਂ, ਕੋਈ ਮਾੜੀ ਗੱਲ ਵੀ ਨੀ, ਕੋਈ ਮਾੜੀ ਗੱਲ ਨੀ ਮੰਨਦਾ। ਪਰ ਜਿਹੜਾ ਮੈਂ ਟ੍ਰਾਂਸਲੇਟ ਕੀਤਾ ਹਿੰਦੀ ਤੇ ਅੰਗਰੇਜ਼ੀ ਵਿੱਚ, ਉਹ ਟ੍ਰਾਂਸਲੇਟ ਸਹੀ ਨੀ ਹੋ ਸਕਿਆ, ਉਹ ਸ਼ਬਦ ਸ਼ਬਦਾਂ ਨੂੰ ਸਮਝ ਨੀ ਸਕੇ, ਇੱਕ ਸ਼ਬਦ ਦਾ ਕੀ ਮਤਲਬ ਹੈਗਾ, ਉਹ ਸ਼ਬਦਾਂ ਨੂੰ ਸਹੀ ਦੱਸੋ, ਬਹੁਤ ਸਾਰੇ ਸ਼ਬਦ ਗਲਤ ਨੇ, ਇਸ ਕਰਕੇ ਇੰਤਰਾਜ਼ ਆ। ਹਰਜਿੰਦਰ ਦਲਗੀਰ ਹੁਣਾਂ ਦੇ ਵੀ ਐਡੀਸ਼ਨ 2-3 ਮਹੀਨੇ ਆਏ ਨੇ, ਹੋਰ ਆਉਣ ਵਾਲੇ ਨੇ, ਹਾਂਜੀ ਉਹ ਵੀ ਕਾਫੀ ਡਿਫਰੈਂਟ ਤਰੀਕੇ ਨਾਲ ਆਪਣੇ ਹੀ ਲੈਵਲ ਦੇ ਉੱਤੇ ਇਹਨਾਂ ਨੇ ਇੱਕ ਛਾਪਿਆ ਹੋਇਆ। ਮੇਰੇ ਕੋਲ 2 ਕੁ ਐਡੀਸ਼ਨ ਹੈਗੇ ਨੇ, ਕਾਫੀ ਭਾਰੇ, ਮੈਂ ਇੰਡੀਆ ਤੋਂ ਲੈ ਕੇ ਆਇਆ ਸੀਗਾ, ਇੱਥੇ ਵੀ ਮਿਲ ਜਾਂਦੇ ਆ। ਅਤੇ ਅਕੀਦਾ ਸਾਹਿਬ ਫਿਰ ਬਹੁਤ ਬਹੁਤ ਧੰਨਵਾਦ ਤੁਹਾਡਾ, ਕੱਲ੍ਹ ਮਿਲਦੇ ਹਾਂ, ਥੈਂਕ ਯੂ ਵੈਰੀ ਮੱਚ, ਸ਼ੁਕਰੀਆ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।